ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਭ ਦਾ ਬੀਨਟਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਇਹ ਡਿਜ਼ਾਈਨ ਆਪਾਂ ਕਿਸੇ ਵੀ ਤਰ੍ਹਾਂ ਦੇ ਕੋਟੀ ਸਵੈਟਰ ਦੇ ਉੱਪਰ ਬਣਾ ਸਕਦੇ ਹਾਂ ਜਿਵੇਂ ਪਹਿਣਾ ਦੀ ਕੋਟੀ ਜੈਕਟ ਜੈਂਟਸ ਕੋਟੀ ਸਵੈਟਰ ਬੱਚਿਆਂ ਦੇ ਕੋਟੀ ਸਵੈਟਰ ਤੇ ਜਿਵੇਂ ਆਪਾਂ ਲੇਡੀਜ਼ ਬਲਾਊਜ਼ ਬਣਾਉਨੇ ਆ ਪਹਿਣਾ ਦੇ ਤੇ ਉਹਦੇ ਉੱਪਰ ਵੀ ਆਪਾਂ ਇਸ ਡਿਜ਼ਾਈਨ ਨੂੰ ਬੜੀ ਆਸਾਨੀ ਨਾਲ ਬਣਾ ਸਕਦੇ ਹਾਂ ਇਹ ਡਿਜ਼ਾਈਨ ਬਣਾਉਣ ਲਈ ਕੁੰਡੇ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੇ ਮਰਜ਼ੀ ਲੈ ਸਕਦੇ ਹੋ ਤੇ ਬੜੀ ਆਸਾਨੀ ਨਾਲ ਬਣੂਗਾ ਇਹ ਆਪਣਾ ਡਿਜ਼ਾਈਨ ਸਿਰਫ ਦੋ ਸਲਾਈ ਦਾ ਇਹ ਡਿਜ਼ਾਈਨ ਹੈ ਤੇ ਹੁਣ ਆਪਾਂ ਕਰਦੇ ਹਾਂ ਡਿਜ਼ਾਈਨ ਸ਼ੁਰੂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹ ਹੈਗੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਚਾਹੇ ਤੁਸੀਂ ਬੁਣ ਲਓ ਚਾਹੇ ਬਿਨਾਂ ਬੁਣੇ ਉਤਾਰ ਲਓ ਤੁਹਾਡੀ ਮਰਜ਼ੀ ਆ ਉਸ ਤੋਂ ਬਾਅਦ ਆਪਾਂ ਇੱਕ ਕੁੰਡਾ ਉਲਟਾ ਅਗਲਾ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ ਇਸ ਤਰ੍ਹਾਂ ਫੇਰ ਇੱਕ ਕੁੰਡਾ ਉਲਟਾ ਇਸੇ ਤਰ੍ਹਾਂ ਹੀ ਆਪਾਂ ਸਾਰੀ ਸਲਾਈ ਪਾਉਣੀ ਆ ਇੱਕ ਕੁੰਡਾ ਉਲਟਾ ਇੱਕ ਕੁੰਡਾ ਬਿਨਾ ਬੁਨੇ ਉਤਾਰੀ ਜਾਣਾ ਲਾਸਟ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਬੁਣ ਦਿਆਂਗੇ ਹੁਣ ਅਗੇ ਜੀ ਆਪਾਂ ਡਿਜ਼ਾਈਨ ਦੀ ਦੂਜੀ ਸਲਾਈ ਤੇ ਬੈਕ ਸਾਈਡ ਆ ਪਹਿਲਾ ਕੁੰਡਾ ਬਿਨਾ ਬੁਣੇ ਉਤਾਰ ਕੇ ਆਪਾਂ ਧਾਗਾ ਪਿੱਛੇ ਕਰ ਲੈਣਾ ਤੇ ਜਿਹੜਾ ਆਪਾਂ ਇੱਧਰ ਕੁੰਡਾ ਬਿਨਾ ਬੁਣੇ ਉਤਾਰਿਆ ਸਿੱਧੀ ਸਲਾਈ ਦੇ ਵਿੱਚ ਉਹਨੂੰ ਆਪਾਂ ਇੱਧਰ ਵੀ ਬਿਨਾ ਬੁਣੇ ਹੀ ਉਤਾਰਨਾਗਾ ਉਸ ਤੋਂ ਬਾਅਦ ਜਿਹੜਾ ਆਪਾਂ ਕੁੰਡਾ ਬੁਣਿਆ ਉਲਟਾ ਉਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਬੁਣਨਾ ਅਗਲਾ ਕੁੰਡਾ ਬਿਨਾ ਬੁਣੇ ਉਤਾਰ ਲੈਣਾ ਫੇਰ ਇੱਕ ਕੁੰਡਾ ਸਿੱਧਾ ਬੁਣ ਲੈਣਾ ਇੱਕ ਕੁੰਡਾ ਬਿਨਾ ਬੁਣੇ ਉਤਾਰਨਾ ਇਸ ਤਰ੍ਹਾਂ ਬੈਕਸਾਈਡ ਦੀ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਪਾਉਣੀ ਆ ਇੱਕ ਕੁੰਡਾ ਬਿਨਾ ਬੁਣੇ ਧਾਰਨਾ ਇੱਕ ਆਪਾਂ ਸਿੱਧਾ ਬੁਣਨਾ ਜਿਹੜਾ ਆਪਾਂ ਇੱਧਰ ਬਿਨਾ ਬੁਣੇ ਧਾਰਿਆ ਕੁੰਡਾ ਇਹਨੂੰ ਇੱਧਰ ਵੀ ਆਪਾਂ ਬਿਨਾ ਬੁਣੇ ਹੀ ਧਾਰਨਾਗਾ ਇਹ ਦੋ ਸਲਾਈ ਦਾ ਆਪਣਾ ਡਿਜ਼ਾਈਨ ਆ ਦੋ ਸਲਾਈਆਂ ਆਪਣੀਆਂ ਬਣ ਗਈਆਂ ਨੇ ਤੇ ਸਿੱਧੇ ਪਾਸੇ ਜਿਹੜੀ ਤੀਜੀ ਸਲਾਈ ਆਪਾਂ ਬਣਾਉਣੀ ਆ ਉਹ ਪੂਰੀ ਸਿੱਧੀ ਬਣਾਵਾਂਗੇ ਬਾਕੀ ਗੈਪ ਤੁਸੀਂ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਰੱਖ ਸਕਦੇ ਹੋ ਇਸ ਡਿਜ਼ਾਈਨ ਦੇ ਵਿੱਚ ਚਾਹੇ ਤੁਸੀਂ ਦੋ ਸਲਾਈਆਂ ਦਾ ਗੈਪ ਰੱਖ ਲਓ ਚਾਹੇ ਚਾਰ ਸਲਾਈਆਂ ਦਾ ਰੱਖ ਲਓ ਤੁਹਾਡੀ ਮਰਜ਼ੀ ਆ ਤੇ ਡਿਜ਼ਾਈਨ ਬਣਿਆ ਬਹੁਤ ਸੋਹਣਾ ਲੱਗਦਾਗਾ ਬਹੁਤ ਹੀ ਸਿੰਪਲ ਡਿਜ਼ਾਈਨ ਆ ਹਰ ਕੋਈ ਇਹਨੂੰ ਬਣਾ ਸਕਦਾ ਬੜੀ ਆਸਾਨੀ ਨਾਲ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਬੁਣਨਾ ਸਿੱਖੀਆਂ ਨੇ ਉਹ ਤਾਂ ਇਹਨੂੰ ਬੜੀ ਆਸਾਨੀ ਨਾਲ ਹੀ ਬੁਣ ਲੈਣਗੀਆਂ ਤੇ ਬਣਿਆ ਬਹੁਤ ਸੋਹਣਾ ਲੱਗਦਾ ਇਸ ਤਰ੍ਹਾਂ ਇਸ ਤਰ੍ਹਾਂ ਹੀ ਡਿਜ਼ਾਈਨ ਅੱਗੇ ਦੀ ਅੱਗੇ ਬਣਦਾ ਜਾਊਗਾ ਦੇਖੋ ਬਣ ਕੇ ਕਿੰਨਾ ਸੋਹਣਾ ਲੱਗਦਾ ਸਿਰਫ ਦੋ ਸਲਾਈ ਦਾ ਇਹ ਡਿਜ਼ਾਈਨ ਆ ਆਪਣਾ ਤੇ ਦੋ ਸਲਾਈਆਂ ਆਪਾਂ ਇਹਦੇ ਵਿੱਚ ਗੈਪ ਲਈ ਪਾ ਲਵਾਂਗੇ ਚਾਹੇ ਤੁਸੀਂ ਦੋ ਸਲਾਈਆਂ ਪਾ ਲਓ ਜਾਂ ਚਾਰ ਪਾ ਲਓ ਤੁਹਾਡੀ ਮਰਜ਼ੀ ਆ ਮੈਂ ਇੱਥੇ ਚਾਰ ਸਲਾਈਆਂ ਪਾਈਆਂ ਨੇ ਦੋ ਸਲਾਈਆਂ ਉਲਟੀਆਂ ਦੋ ਸਿੱਧੀਆਂ ਤੇ ਦੇਖੋ ਇਹ ਡਿਜ਼ਾਈਨ ਅੱਗੇ ਦੀ ਅੱਗੇ ਆਪਣਾ ਕਿੰਨਾ ਸੋਹਣਾ ਬਣਦਾ ਜਾਂਦਾ ਹੈ ਇਹੀ ਆਪਾਂ ਚਾਰ ਸਲਾਈਆਂ ਨੂੰ ਰਿਪੀਟ ਕਰਾਂਗੇ ਤੇ ਅੱਗੇ ਦੇ ਕੀ ਡਿਜ਼ਾਈਨ ਆਪਣਾ ਇਸ ਤਰ੍ਹਾਂ ਬਣਦਾ ਜਾਊਗਾ ਉਮੀਦ ਆ ਤੁਸੀਂ ਡਿਜ਼ਾਈਨ ਨੂੰ ਜ਼ਰੂਰ ਪਸੰਦ ਕਰੋਗੇ ਜੇਕਰ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਲੋ ਜੀ ਮਿਲਦੇ ਹਾਂ ਇੱਕ ਨਵੇਂ ਅਤੇ ਸੌਖੇ ਡਿਜ਼ਾਈਨ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ